ओ बाडरा ते जी मेरी जवान डटिया, वेड़े विच तेरे नी किसान डटिया, तेरी हिक उते लिख जिंदाबाद, चले आ नी तेनू दिल्ली, दिल्ली नी जित के पंजाब, चले आ नी तेनू दिल्ली, तेनू लंगर छका के अतवाद, चले आ नी तेनू दिल्ली। वधिया गल है जी, गन कल्चर नू बढ़ावा नहीं देना चाहिए, और मैं आप भी कदे ही इदा दा कोई गीत ना किता है ना मैं करूँगा, पर डिपेंड करता है कि थोड़े गाने दे बोल की ने या तुसी हथियार नू किदां दिखा रहे हो। हुण जे आपां हथियार नू दिखा रहे हां जुल्म दे खिलाफ या किसी की इज्जत आबरू लुट रही है उहदे खिलाफ हथियार दिखाना तो वह सत्कारयोग है। जे तुसी सीधा ही कही जाओगे मैं तो बंदा मारना मैं फलाना करना वह गलत गल है। हो कीतियां पढ़ाइयां ते लड़ाइयां यारां ने, मित्रां नाल महफलां सजाइयां यारां ने, ना ही कदे कार ना ही नोटां दी बहार, वेख्या तां बंदे दा स्टैंड वेख्या, यारी लाउण लगे जात वेखी ना कदे, टैग लाउण लगे ना ब्रैंड वेख्या, यारी लाउण लगे जात वेखी ना कदे, टैग लाउण लगे ना ब्रैंड वेख्या। दसवीं च मैथ वाले फार्मूले मार गए, पहलियां नू यारां दे नहीं आउंदे चुल्ले मार गए, खेतीबाड़ी जोगे बीबां ते नहीं छड्डणे, आईब्रो दा जोड़ा तलवारां नंगियां, तेरे पिंड ठेके उत्ते पैली जट दी डोनी है गली च जान जान मंजियां, तेरे पिंड ठेके उत्ते पैली जट दी डोनी है गली च जान जान मंजियां। जे आपां इस कल्चर नू रोकना चाहुंदे आ इहदी जड़ हैगी आ वीडियो गेम्स। वाकई मैं सारे नू रिक्वेस्ट करदा, साडे बच्चे लॉकडाउन करके सारे नू आदत पै गई मोबाइलां दी, 24 घंटे जिन्नी भी वीडियो गेम्स हैगियां पबजी तो लैके है ना सारियां मरन मराउण वालियां ने, ਉੱਥੋਂ ਉਹਨਾਂ ਦੇ ਦਿਮਾਗ ਦੇ ਅੰਦਰ ਉਹੀ ਚੀਜ਼ ਭਰੀ ਜਾਂਦੀ ਆ। ਜਿੰਨੀਆਂ ਵੱਡੀਆਂ ਫਿਲਮਾਂ ਨੇ RRR ਲੈ ਲਓ ਤੁਸੀਂ, ਹੈ ਨਾ ਬਾਹੂਬਲੀ ਤੋਂ ਲੈ ਕੇ, ਹੈ ਨਾ ਸਾਰੀ ਫਿਲਮਾਂ ਉਹਨਾਂ 'ਚ ਵੀ ਹਿੰਸਾ ਹੈ। ਜੇ ਤੁਸੀਂ ਰੋਕਣਾ ਚਾਹੁੰਦੇ ਹੋ ਤਾਂ ਯੂਟਿਊਬ ਵੀਡੀਓ ਗੇਮ ਸਾਰੀ ਚੀਜ਼ਾਂ 'ਤੇ ਜੇ ਰੋਕ ਲੱਗੇਗੀ ਆਈ ਥਿੰਕ ਜ਼ਿਆਦਾ ਫਾਇਦਾ ਸਾਡੇ ਸਮਾਜ ਨੂੰ ਹੋਊਗਾ। ਪਰ ਦੂਜੀ ਗੱਲ ਹੈ, ਸਾਡਾ ਸਾਰੇ ਕਲਾਕਾਰਾਂ ਦਾ ਇੱਕ ਜ਼ਮੀਰ ਵੀ ਹੋਣਾ ਚਾਹੀਦਾ ਕਿ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਸਾਡੀ ਇੱਕ ਡਿਊਟੀ ਬਣਦੀ ਹੈ, ਇੱਕ ਹਰ ਇੱਕ ਚੀਜ਼ ਦੀ ਇੱਕ ਲਿਮਿਟ ਰੱਖੀ ਹੈ ਔਰ ਸਰਕਾਰ ਦਾ ਇਹ ਫੈਸਲਾ ਵਧੀਆ ਇਹਦੇ ਤੇ ਕਾਬੂ ਪਾਉਣਾ। ਪਹਿਲਾਂ ਤਾਂ ਪੰਜਾਬੀ ਲੋਕ ਗਾਇਕ ਰੇਸ਼ਮ ਸਿੰਘ ਅਰਮੋਲ ਮੇਰੇ ਛੋਟੇ ਭਰਾ, ਲੇਕਿਨ ਉਹਦਾ ਤੇ ਮਾਨ ਸਨਮਾਨ ਬਹੁਤ ਵੱਡਾ, ਤੇ ਕਈ ਸਾਲਾਂ ਤੋਂ ਭਰਾ ਨਾਲ ਮੈਂ ਜੁੜਿਆ, 8-9 ਸਾਲ ਹੋ ਗਏ ਆ ਭਰਾ ਦੀ ਸੰਗਤ ਕਰਦੇ ਨੂੰ, ਤੇ ਅੱਜ ਸਬੱਬ ਬਣਿਆ ਭਰਾ ਦਾ ਪ੍ਰੋਗਰਾਮ ਸੀਗਾ ਸੰਗਰੂਰ ਸ਼ਹਿਰ, ਤੇ ਵੀਰ ਨੂੰ ਪਰਸੋਂ ਮੈਂ ਰਿਕੁਐਸਟ ਪਾਈ ਵੀ ਵੀਰ ਜੀ ਤੁਸੀਂ ਸਾਡੇ ਘਰ ਜ਼ਰੂਰ ਆਉਣਾ, ਤੇ ਕਿਉਂਕਿ ਇਸ ਟਾਈਮ ਪ੍ਰੋਗਰਾਮ ਸੀਗਾ ਸਾਡਾ ਸੰਗਰੂਰ, ਤੇ ਪਰਸੋਂ ਸੀਗਾ 8 ਤਰੀਕ ਦਾ ਪ੍ਰੋਗਰਾਮ ਸਾਡਾ ਨੇਪਾਲ ਸੀਗਾ ਤੇ ਇੱਕ MP ਸੀਗਾ, ਤੇ ਉੱਥੋਂ ਵੀ ਭਾਅ ਜੀ ਨੂੰ ਬੁਖਾਰ ਚੜਿਆ, ਲੇਕਿਨ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਭਰਾ ਜੀ ਘਰ ਆਏ ਨੇ। ਸਾਡਾ ਨਵਾਂ ਗਾਣਾ ਰਿਲੀਜ਼ ਹੋਇਆ ਜੀ, ਦੋ ਲੈਣਾ ਮੈਂ ਤੁਹਾਨੂੰ ਸੁਣਾਉਣਾ। ਹੋ ਕੀਤੀਆਂ ਪੜ੍ਹਾਈਆਂ ਤੇ ਲੜਾਈਆਂ ਯਾਰਾਂ ਨੇ, ਮਿੱਤਰਾਂ ਨਾਲ ਮਹਿਫਲਾਂ ਸਜਾਈਆਂ ਯਾਰਾਂ ਨੇ, ਨਾ ਹੀ ਕਦੇ ਕਾਰ ਨਾ ਹੀ ਨੋਟਾਂ ਦੀ ਬਹਾਰ, ਵੇਖਿਆ ਤਾਂ ਬੰਦੇ ਦਾ ਸਟੈਂਡ ਵੇਖਿਆ, ਯਾਰੀ ਲਾਉਣ ਲੱਗੇ ਜਾਤ ਵੇਖੀ ਨਾ ਕਦੇ, ਟੈਗ ਲਾਉਣ ਲੱਗੇ ਨਾ ਬ੍ਰੈਂਡ ਵੇਖਿਆ, ਯਾਰੀ ਲਾਉਣ ਲੱਗੇ ਜਾਤ ਵੇਖੀ ਨਾ ਕਦੇ, ਟੈਗ ਲਾਉਣ ਲੱਗੇ ਨਾ ਬ੍ਰੈਂਡ ਵੇਖਿਆ। ਦਸਵੀਂ ਚ ਮੈਥ ਵਾਲੇ ਫਾਰਮੂਲੇ ਮਾਰ ਗਏ, ਪਹਿਲੀਆਂ ਨੂੰ ਯਾਰਾਂ ਦੇ ਨਹੀਂ ਆਉਂਦੇ ਚੁੱਲ੍ਹੇ ਮਾਰ ਗਏ, ਖੇਤੀਬਾੜੀ ਜੋਗੇ ਬੀਬਾ ਤੇ ਨਹੀਂ ਛੱਡਣੇ, ਆਈਬਰੋ ਦਾ ਜੋੜਾ ਤਲਵਾਰਾਂ ਨੰਗੀਆਂ, ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ ਡੋਨੀ ਐ ਗਲੀ ਚ ਜਾਣ ਜਾਣ ਮੰਜੀਆਂ, ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ ਡੋਨੀ ਐ ਗਲੀ ਚ ਜਾਣ ਜਾਣ ਮੰਜੀਆਂ। ਮੈਨੂੰ ਹਮੇਸ਼ਾ ਖੁਸ਼ੀ ਹੁੰਦੀ ਹੈ ਕਿ ਉਸ ਇਲਾਕੇ ਨੇ ਬਹੁਤ ਅੱਛੇ ਕਲਾਕਾਰ ਦਿੱਤੇ ਹੈ ਸਾਨੂੰ, ਹਰਜੀਤ ਹਰਮਨ ਵੀਰਾ ਹੈ ਨਾ ਜਾਂ ਸਾਰਥੀ ਬਾਈ ਹੈ, ਆਈ ਥਿੰਕ ਉਹ ਨਾਭੇ ਤੋਂ ਨੇ, ਨਾਭਾ ਲੱਗ ਹੀ ਪੈਂਦਾ ਹੈ ਨਾ, ਔਰ ਇਹ ਵੀ ਬਹੁਤ ਅੱਛੇ ਕਲਾਕਾਰ ਵੀ ਨੇ, ਇਨਸਾਨ ਵੀ ਨੇ, ਐਂਕਰ ਵੀ ਨੇ, ਹਮੇਸ਼ਾ ਹੀ ਸਾਡੀ ਟੀਮ ਜਿੱਥੇ ਵੀ ਹੁੰਦੀ ਹੈ ਇਹ ਸਾਡੀ ਬੈਕਬੋਨ ਦੀ ਤਰ੍ਹਾਂ, ਕਿਉਂਕਿ ਸਾਡੇ ਤੋਂ ਪਹਿਲਾਂ ਲੋਕਾਂ ਨੇ ਇਹਨਾਂ ਨੂੰ ਵੇਖਣਾ ਹੁੰਦਾ ਜਦੋਂ ਸਾਨੂੰ ਉੱਥੇ ਇੰਟਰੋਡਿਊਸ ਕਰਦੇ ਆ ਜਾ ਕੇ, ਔਰ ਬੜਾ ਵਧੀਆ ਲੱਗਦਾ। ਉਸ ਤੋਂ ਵੱਡੀ ਗੱਲ ਹੈ ਇਹਨਾਂ ਦੇ ਅੰਦਰ ਇੱਕ ਨਿਮਰਤਾ ਹੈ ਜੋ ਬਹੁਤ ਜ਼ਰੂਰੀ ਹੈ ਸਾਡੀ ਟੀਮ ਲਈ, ਸਾਡੇ ਚਾਹੇ ਮਜੀਸ਼ੀਅਨ ਹੈ ਔਰ ਜਾਂ ਮੈਂ ਹੈਗਾ, ਮੇਰੀ ਬੇਬੇ ਨੇ ਸਾਨੂੰ ਇਹ ਚੀਜ਼ ਸਿਖਾਈ ਔਰ ਸਾਡੇ ਗੁਰੂਆਂ ਨੇ ਵੀ, ਇਹ ਨਿਮਰਤਾ ਬੜੀ ਜ਼ਰੂਰੀ ਹੈ ਔਰ ਸਾਡੀ ਸਾਰੀ ਟੀਮ ਦੇ ਵਿੱਚ ਇਹ ਫਿੱਟ ਪੈਂਦੇ ਨੇ, ਔਰ ਅੱਜ ਪਹੁੰਚੇ ਹਾਂ ਸਪੈਸ਼ਲੀ ਸਾਗ ਅਤੇ ਰੋਟੀ ਲਈ, ਥੈਂਕ ਯੂ ਮੈਂ ਕਹਿ ਕੇ ਬਣਵਾਈ ਸੀ ਇਹਨਾਂ ਨੂੰ,
हुणे खा के हटे हाँ। बड़ा अच्छा लग रहा है जी, बड़े पॉजिटिव लोग ने इतने, वधिया गल है जी। गन कल्चर नूं बढ़ावा नहीं देना चाहिए, और मैं आप भी कदे इदां दा कोई गीत ना किया ना मैं करूँगा, पर डिपेंड करता है कि थोड़े गाने के बोल की ने या तुसी हथियार नूं किदां दिखा रहे हो। हुण जे आपां हथियार नूं दिखा रहे हैं जुलम के खिलाफ या किसी की इज्जत आबरू लुट रही है वो खिलाफ हथियार दिखाना तो वह सत्कार योग है। जे तुसी सीधा ही कही जाओगे मैं तो बंदा मारना मैं फलाना करना वह गलत गल है, एक लॉजिक सही होना चाहिए। और दूजी गल है जे आपां इस कल्चर नूं रोकना चाहते हैं ये जड़ हैगी है वीडियो गेम्स। वाकई मैं सारे नूं रिक्वेस्ट करदा, साढ़े बच्चे लॉकडाउन करके सारे नूं आदत पै गई मोबाइलों की, 24 घंटे जिन्नी भी वीडियो गेम्स हैगियां पबजी तो लैके है ना सारिया मरन मराउण वाली ने, उत्थों उन्हां दे दिमाग दे अंदर उही चीज़ भरी जाती है जिन्नियां वड्डियां फिल्मां ने। RRR लै लो तुसीं है ना, बाहुबली तो लैके है ना सारी फिल्मां उन्हां च भी हिंसा है। जे तुसीं रोकना चाहुंदे हो तां यूट्यूब वीडियो गेम सारी चीज़ां ते जे रोक लगेगी आई थिंक ज़्यादा फायदा साडे समाज नूं होगा। पर दूजी गल है साडा सारे कलाकारां दा एक जमीर भी होना चाहिए कि अपने जमीर की आवाज़ सुन के साड़ी एक ड्यूटी बनती है कि एक हर एक चीज़ की एक लिमिट रखी है और सरकार का फैसला वधिया इहदे ते काबू पाउणा। मैं तो डेली हुण प्रोग्रामां ते बिजी हाँ आपां तां, ते बाकी राजनीति बारे सानूं ज़्यादा नॉलेज नहीं हैगी ना साड़ी समझ तो बाहर ने, कुछ चीज़ां प्लस भी ने कुछ माइनस भी ने और ये चलदियां रहिंदियां। और सानूं तां जदों स्टेजां ते जांदे आ हमेशा अजकल गाना रिपीट ते डिमांड आंदी है, ओ बाडरां ते जिवें नी जवान डटिया ਵਿਹੜੇ ਵਿੱਚ ਤੇਰੇ ਨੀ ਕਿਸਾਨ ਡਟਿਆ, ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਨੀ ਤੈਨੂੰ ਦਿੱਲੀਏ, ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀਏ, ਤੈਨੂੰ ਲੰਗਰ ਛਕਾ ਕੇ ਅੱਤਵਾਦ ਚੱਲਿਆ ਨੀ ਤੈਨੂੰ ਦਿੱਲੀਏ, ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਨੀ ਤੈਨੂੰ ਦਿੱਲੀਏ।